ਅੱਜ ਗੱਲ ਕਰਨੀ ਹੈ ਨਿਊ ਵਰਲਡ ਆਰਡਰ ਦੇ ਉੱਤੇ। ਅਮੈਰੀਕਾ ਦੇ ਉੱਤੇ ਹਮਲਾ ਮੰਨਿਆ ਜਾਏ ਕਿ ਡੋਨਲਡ ਟਰੰਪ ਦੇ ਉੱਤੇ ਹਮਲਾ ਮੰਨਿਆ ਜਾਏ, ਇਹ ਕਿੱਧਰ ਨੂੰ ਡਾਇਰੈਕਸ਼ਨ ਜਾ ਰਹੀ ਹੈ? ਡੀਪ ਸਟੇਟ ਚਾਹੁੰਦੀ ਆ ਵੀ ਟਰੰਪ ਅਗਲਾ ਪ੍ਰੈਜ਼ੀਡੈਂਟ ਨਾ ਬਣੇ, ਕਿਉਂਕਿ ਟਰੰਪ ਨਿਊ ਵਰਲਡ ਆਰਡਰ ਦੇ ਵਿੱਚ ਇਸ ਸਮੇਂ ਰੋੜਾ ਬਣ ਕੇ ਖੜ੍ਹਾ ਹੋਇਆ। ਡੋਨਲਡ ਟਰੰਪ ਇਹ ਸੈਲਫ ਮੇਡ ਮਿਲੀਨੇਅਰ ਆ, ਆਪਣੇ ਆਪ ਪੈਸੇ ਬਣਾਏ ਹੋਏ ਆ, ਨਹੀਂ ਪਲੱਸ ਉਸਦਾ ਬੇਸ ਬਹੁਤ ਸਟਰੋਂਗ ਹੈ। ਅਤੇ ਅਮੈਰੀਕਨ ਆਰਡਰ ਨੂੰ ਰਿਪਲੇਸ ਕਰਨਾ ਹੀ ਨਿਊ ਵਰਲਡ ਆਰਡਰ? ਹਾਂਜੀ, ਇਜ਼ ਇਟ? ਹਾਂਜੀ, ਡੀਪ ਸਟੇਟ ਆ ਜੋ ਕਿ ਕੰਟਰੋਲ ਕਰ ਰਹੀ ਹੈ ਸਾਰਾ ਕੁਛ, ਉਹ ਨਹੀਂ ਚਾਹੁੰਦੀ ਕਿ ਟਰੰਪ ਅਗਲਾ ਪ੍ਰੈਜ਼ੀਡੈਂਟ। ਅਮੈਰੀਕਨ ਪੋਲੀਟਿਕਸ ਦੇ ਲਈ ਕਾਫੀ ਡੇਂਜਰਸ ਟਾਈਮ ਹੋਏਗਾ ਇਲੈਕਸ਼ਨ ਤੋਂ ਬਾਅਦ ਦਾ। ਸਵਾਗਤ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ, ਮੈਂ ਜੋਗਰਾਜ ਸਿੰਘ ਕਾਲੂ ਇੱਕ ਵਾਰੀ ਫਿਰ ਤੋਂ ਤੁਹਾਨੂੰ ਪ੍ਰੋਗਰਾਮ 'ਚ ਨਿੱਕੀ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿੱਚ ਅੱਜ ਗੱਲ ਕਰਨੀ ਹੈ ਨਿਊ ਵਰਲਡ ਆਰਡਰ ਦੇ ਉੱਤੇ। ਬਹੁਤ ਪਾਸੇ ਤੁਸੀਂ ਇਹਦੀਆਂ ਚਰਚਾਵਾਂ ਸੁਣੀਆਂ ਹੋਣਗੀਆਂ। ਪੰਜਾਬ ਵਾਲਿਆਂ ਨੇ ਬਹੁਤਾ ਇਹਦਾ ਜ਼ਿਕਰ ਉਦੋਂ ਸੁਣਿਆ ਜਦੋਂ ਦਿੱਲੀ ਦੇ ਵਿੱਚ ਖੇਤੀ ਅੰਦੋਲਨ ਚੱਲਿਆ। ਉਸ ਤੋਂ ਬਾਅਦ ਚਾਰੇ ਪਾਸੇ ਦੀਆਂ ਚਰਚਾਵਾਂ ਆਈਆਂ ਕਿ ਜ਼ਮੀਨਾਂ ਨੂੰ ਹੜੱਪਣ ਦੀਆਂ ਇਸ ਢੰਗ ਤਰੀਕੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਬਹੁਤ ਲੋਕਾਂ ਨੇ ਉਹਦੇ ਉੱਤੇ ਡਿਟੇਲਡ ਹੁਣ ਤੱਕ ਕਈ ਤੁਹਾਡੇ ਤੱਕ ਇਨਫੋਰਮੇਸ਼ਨ ਇਹਦੇ ਰਿਗਾਰਡਿੰਗ ਪਹੁੰਚੀ ਆ। ਅੱਜ ਹੁਣ ਕਿਉਂਕਿ ਅਮੈਰੀਕਾ ਦੇ ਵਿੱਚ ਇਲੈਕਸ਼ਨਸ ਆ, ਅਤੇ ਇੱਕ ਵਾਰੀ ਫਿਰ ਗੱਲ ਉੱਥੇ ਆ ਕੇ ਖੜੀ ਹੈ ਕਿਉਂਕਿ ਡੋਨਲਡ ਟਰੰਪ ਹੁਣਾਂ ਦੇ ਉੱਤੇ ਦੋ ਵਾਰੀ ਹੁਣ ਤੱਕ ਉਹਨਾਂ ਨੂੰ ਜਾਨੋਂ ਮਾਰਨ ਦੇ ਹਮਲੇ ਹੋ ਚੁੱਕੇ ਨੇ। ਦੋਵੇਂ ਵਾਰੀ ਉਹ ਬਚ ਚੁੱਕੇ ਨੇ, ਪਰ ਕੀ ਇਹ ਆਖਰੀ ਹਮਲਾ ਸੀ? ਕੀ ਇਸ ਤੋਂ ਅੱਗੇ ਵੀ ਹੁਣ ਕੋਈ ਹਮਲਾ ਹੋਊਗਾ? ਕਿਵੇਂ ਦਾ ਹਮਲਾ ਹੋਊਗਾ? ਅਮੈਰੀਕਨ ਇਲੈਕਸ਼ਨਸ ਦੇ ਵਿੱਚ ਇਹ ਬਿਟਵੀਨ ਦਾ ਲਾਈਨਸ ਇਨਸਾਈਡ ਸਟੋਰੀ ਚੱਲ ਕੀ ਕੁਛ ਰਿਹਾ? ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਕਹਿਣ ਸੁਣਨ ਦੇ ਵਿੱਚ ਸ਼ਾਇਦ ਹਕੀਕਤ ਵਰਗੀਆਂ ਨਾ ਲੱਗਣ, ਪਰ ਕੁਛ ਚੀਜ਼ਾਂ ਦਾ ਸਮਾਂ ਪਾ ਕੇ ਹੀ ਪਤਾ ਲੱਗਦਾ ਹੁੰਦਾ ਕਿ ਅੱਗੇ ਨੂੰ ਡਾਇਰੈਕਸ਼ਨ ਕਿੱਧਰ ਨੂੰ ਜਾਏਗੀ। ਸੋ ਅੱਜ ਉਹ ਸਾਰੇ ਮਸਲੇ ਦੇ ਉੱਤੇ, ਡੋਨਲਡ ਟਰੰਪ ਅੱਜ ਕਿੰਨਾ ਕੁ ਮਜ਼ਬੂਤ ਹੈ, ਡੋਨਲਡ ਟਰੰਪ ਜੇ ਜਿੱਤਦਾ ਤਾਂ ਅਮਰੀਕਾ ਦੇ ਆਉਂਦੇ ਹਾਲਾਤ ਕਿੱਦਾਂ ਦੇ ਹੋਣਗੇ, ਅਮਰੀਕਾ ਦੀ ਦੁਨੀਆ ਦੇ ਉੱਤੇ ਜਿਹੜੀ ਹੈ ਸਰਪੰਚੀ ਕਿਵੇਂ ਕਾਇਮ ਰਹੂਗੀ, ਜੇ ਡੋਨਲਡ ਟਰੰਪ ਹਾਰਦਾ ਅਤੇ ਫਿਰ ਅਮਰੀਕਾ ਕਿੱਦਾਂ ਨੂੰ ਜਾਊਗਾ, ਇੱਦਾਂ ਹੀ ਜੇ ਕਮਲਾ ਹੈਰਿਸ ਦੇ ਆਉਣ ਨਾਲ ਕੀ ਫਾਇਦੇ ਨੁਕਸਾਨ ਹੋਣਗੇ, ਅਤੇ ਜੇ ਉਹ ਸਾਰਾ ਕੁਛ ਸਿਸਟਮ ਅਮੈਰੀਕਾ ਦਾ ਚੱਲੇਗਾ ਕਿੱਧਰ ਨੂੰ? ਡੋਲਰ ਨੂੰ ਦੱਬਣ ਦੀਆਂ ਤਿਆਰੀਆਂ ਬਹੁਤ ਦੇਰ ਤੋਂ ਬਹੁਤ ਦੁਨੀਆ ਦੇ ਵੱਡੇ ਮੁਲਕਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ, ਬੜੇ ਹੱਦ ਤੱਕ ਕਾਮਯਾਬ ਵੀ ਹੋਏ ਨੇ, ਅਜੇ ਉਨੀ ਕਾਮਯਾਬੀ ਸ਼ਾਇਦ ਨਾ ਮਿਲੀ ਹੋਏ। ਉਹਦੇ ਵਿੱਚ ਇਲੈਕਸ਼ਨਸ ਬਹੁਤ ਮੇਜਰ ਰੋਲ ਪਲੇਅ ਕਰਦੀਆਂ ਨੇ। ਡਿਟੇਲ ਗੱਲਬਾਤ ਬਾਕੀ ਸੇਮ ਸੰਧੂ ਹੁਣਾਂ ਨਾਲ ਆਪਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਸਾਹਿਬ, ਕੀ ਹਾਲ ਚਾਲ ਨੇ ਜੀ? ਬਸ ਵਧੀਆ। ਦੋ ਵਾਰੀ ਹਮਲਾ ਹੋ ਜਾਣਾ ਕਿਸੇ ਦੇ ਉੱਤੇ ਜਾਨੋਂ ਮਾਰਨ ਦਾ ਨਿੱਕੀ ਗੱਲ ਨਹੀਂ ਹੁੰਦੀ, ਉਹ ਵੀ ਜਦੋਂ ਕੋਈ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਹਾ ਹੋਏ ਅਤੇ ਅਗਲੀ ਵਾਰੀ ਵੀ ਉਹਦੇ ਰਾਸ਼ਟਰਪਤੀ ਬਣਨ ਦੇ ਚਾਂਸ ਤੁਸੀਂ ਬਹੁਤੇ ਨਹੀਂ 50% 'ਤੇ ਮੰਨ ਹੀ ਲਓ ਜੇ ਦੋਵਾਂ ਦੇ 50-50 ਲਾ ਲਈਏ। ਸੋ ਅੱਧੇ ਚਾਂਸ ਤਾਂ ਹੈਗੇ, ਪਰ ਇਹ ਅਮੈਰੀਕਾ ਦੇ ਉੱਤੇ ਹਮਲਾ ਮੰਨਿਆ ਜਾਏ ਕਿ ਡੋਨਲਡ ਟਰੰਪ ਦੇ ਉੱਤੇ ਹਮਲਾ ਮੰਨਿਆ ਜਾਏ, ਇਹ ਕਿੱਧਰ ਨੂੰ ਡਾਇਰੈਕਸ਼ਨ ਜਾ ਰਹੀ ਹੈ ਜੀ? ਦਰਅਸਲ ਕਾਨੂੰ ਸਾਹਿਬ, ਇਹ 7 ਵੀਕਾਂ ਦੇ ਵਿੱਚ ਡੋਨਲਡ ਟਰੰਪ ਦੇ ਉੱਤੇ ਦੂਸਰਾ ਹਮਲਾ ਸੀ, ਅਤੇ ਇਸ ਹਮਲੇ ਦੇ ਵਿੱਚ ਹਮਲਾਵਰ ਰਾਇਨ ਰਾਊਤ, ਜੋ ਕਿ ਐਕਸਟਰਨਲ ਪੈਰਾਮੀਟਰ ਗੋਲਫ ਕੋਰਸ 'ਤੇ ਫਲੋਰੀਡਾ ਦੇ ਵਿੱਚ, ਯਾਨੀ ਕਿ ਮਾਰਾਲਾਗੋ ਜੇ ਕਿ ਟਰੰਪ ਦੀ ਰੈਜ਼ੀਡੈਂਸ ਆ, ਉਹਦੇ ਬਾਹਰ 12 ਘੰਟਿਆਂ ਦੇ ਤੋਂ ਲੁਕਿਆ ਪਿਆ ਸੀ। ਅਤੇ ਜਦੋਂ ਸੀਕਰਟ ਸਰਵਿਸ ਇਨਵੈਸਟੀਗੇਸ਼ਨ ਕਰਦੀ ਆ, ਤਾਂ ਉਹ ਮੇਕ ਸ਼ੋਰ ਕਰਦੀ ਆ, ਯਾਨੀ ਕਿ ਤੁਹਾਨੂੰ ਪਹਿਲਾਂ ਪਤਾ ਵੀ ਇੱਕ ਅਟੈਂਪ ਉਹਦੇ 'ਤੇ ਹੋ ਚੁੱਕਿਆ ਟਰੰਪ ਦੇ ਉੱਤੇ, ਅਤੇ ਪਹਿਲਾਂ ਵੀ ਸੀਕਰਟ ਸਰਵਿਸ ਕਾਫੀ ਪ੍ਰੋਬਲਮ ਦੇ ਵਿੱਚ ਆਈ ਸੀ। ਅਤੇ ਜਦੋਂ ਟਰੰਪ ਗੋਲਫ ਖੇਲਦਾ, ਜਿੱਦਾਂ ਤੁਸੀਂ ਐਗਜ਼ਾਮਪਲ ਦਿੰਦਾ ਤੁਹਾਨੂੰ ਵੀ, ਜੇ ਉਹ 1 ਨੰਬਰ ਹੋਲ ਦੇ ਉੱਤੇ ਆ, ਤਾਂ ਉਸ ਤੋਂ ਪਹਿਲਾਂ ਇੱਕ ਸਿਕਿਉਰਿਟੀ, ਯਾਨੀ ਕਿ ਸੀਕਰਟ ਸਰਵਿਸ ਦੀ ਜਿਹੜੀ ਗੋਲਫ ਕਾਰਡ ਆ, ਉਹ ਹੋਲ ਨੰਬਰ 2 'ਤੇ ਜਾ ਕੇ ਅਸੈਸਮੈਂਟ ਕਰੇਗੀ। ਅੱਛਾ, ਵੀ ਉੱਥੇ ਜਦੋਂ ਅਗਲੇ ਹੋਲ 'ਤੇ ਜਾਣਾ, ਉੱਥੇ ਸਾਰਾ ਕੁਝ ਸੇਫਟੀ ਦੇ ਲਈ, ਅਤੇ ਉਹਨਾਂ ਨੇ ਉੱਥੇ ਜਾ ਕੇ ਨੋਟਿਸ ਕੀਤਾ ਇੱਕ ਗਨ ਦੇ, ਅਤੇ ਉਹਨਾਂ ਨੇ ਉੱਥੇ ਸ਼ੂਟਿੰਗ ਕੀਤੀ, ਅਤੇ ਉਹ ਹਮਲਾਵਰ ਰਾਇਨ ਰਾਊਤ ਆਪਣੇ ਹਥਿਆਰ ਗੋਪਰੋ ਛੱਡ ਕੇ ਆਪਣੀ ਗੱਡੀ ਦੇ ਵਿੱਚ ਫਰਾਰ ਹੋ ਜਾਂਦਾ। ਓਕੇ, ਅਤੇ ਇਹ ਹਮਲਾਵਰ ਦੀਆਂ ਕੁਛ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਕਿ ਉਹ ਰਿਕਮੈਂਡ ਕਰ ਰਿਹਾ ਵਾ ਯੂਕਰੇਨ ਵਾਰ ਦੇ ਲਈ।
ਅੱਛਾ ਹਾਂਜੀ, ਅਤੇ ਇਹ ਅਟੈਕਰ ਰਹਿਣ ਵਾਲਾ ਹੈਗਾ ਹਵਾਈ ਦਾ, ਅਤੇ ਇਹ ਹਵਾਈ ਤੋਂ ਫਲੋਰੀਡਾ ਜਾਂਦਾ, ਅਤੇ ਫਲੋਰੀਡਾ ਹਾਲਾਂਕਿ ਇਹਦੇ ਕੋਲ ਦੱਸਿਆ ਜਾ ਰਿਹਾ ਵੀ ਕੋਈ ਪੈਸੇ ਵੀ ਕੁਛ ਜ਼ਿਆਦਾ ਹੈ ਨਹੀਂ, ਪਰ ਫਿਰ ਵੀ ਹਵਾਈ ਤੋਂ ਫਲੋਰੀਡਾ ਟਰੈਵਲ ਕਰਕੇ ਅਤੇ ਉੱਥੇ ਗਨ ਲੈਂਦਾ। ਹੁਣ ਪਹਿਲਾ ਸਵਾਲ ਹੀ ਇਹ ਆਉਂਦਾ ਵੀ ਇਹਨੂੰ ਗਨ ਕਿਹਨੇ ਦਿੱਤੀ? ਕਿਉਂ ਫਲੋਰੀਡਾ ਜਾ ਕੇ ਗਨ ਨਹੀਂ ਲੈ ਸਕਦੇ? ਨਹੀਂ ਲੈ ਸਕਦੇ ਹਾਂ, ਪਰ ਉਹਦੀ ਰੈਜੀਡੈਂਸ ਹਵਾਈ ਦੀ ਆ। ਜਦੋਂ ਤੁਹਾਡੀ ਰੈਜੀਡੈਂਸ ਹਵਾਈ ਦੀ ਅਮਰੀਕਾ 'ਚ ਤੁਸੀਂ ਕਿਤੇ ਵੀ ਹਾਂਜੀ ਲੈ ਸਕਦੇ ਹਾਂ, ਪਰ ਫਿਰ ਵੀ 3 ਦਿਨ ਦਾ ਜਿਹੜਾ ਬੈਨ ਆ ਜਾਣੀ ਕਿ ਤੁਹਾਡੇ 3 ਦਿਨ ਦੇ ਉੱਤੇ ਰੋਕ ਲਾ ਸਕਦੀ, ਉਹਨੂੰ ਇਨਵੈਸਟੀਗੇਸ਼ਨ ਕੀਤੀ ਜਾਏਗੀ। ਪਰ ਉਸ ਤੋਂ ਇਲਾਵਾ ਜਿਹੜਾ ਰਾਇਨ ਰੋਥ ਆ ਉਹ ਮਿਸਟਰ ਮੀਨਰ ਚਾਰਜ ਦੇ ਵਿੱਚ ਆ ਚੁੱਕਿਆ ਹੈ, ਅਤੇ ਇਹਨੂੰ ਜੱਜ ਨੇ ਮਿਸਟਰ ਮੀਨਰ ਚਾਰਜ ਦਿੱਤਾ ਸੀ ਵੈਪਨਸ ਆਫ ਮਾਸ ਡਿਸਟਰਕਸ਼ਨ ਦੇ ਕੇਸ ਦੇ ਵਿੱਚ, ਯਾਨੀ ਕਿ ਇਹ ਹਥਿਆਰ ਨਹੀਂ ਸੀ ਰੱਖ ਸਕਦਾ, ਪਰ ਫਿਰ ਵੀ ਇਹਦੇ ਕੋਲ ਐਕਸੈਸ ਹੋਇਆ ਹਥਿਆਰ ਦਾ। ਕਿੱਥੇ ਕੜੀ ਜੁੜਦੀ ਹੈ ਫਿਰ? ਕੜੀ ਜੁੜਦੀ ਆ ਕਿ ਡੀਪ ਸਟੇਟ ਚਾਹੁੰਦੀ ਆ ਵੀ ਟਰੰਪ ਅਗਲਾ ਪ੍ਰੈਜ਼ੀਡੈਂਟ ਨਾ ਬਣੇ। ਅੱਛਾ ਹਾਂਜੀ, ਅਤੇ ਇੱਦਾਂ ਕਿਉਂ? ਕਿਉਂਕਿ ਟਰੰਪ ਨਿਊ ਵਰਲਡ ਆਰਡਰ ਦੇ ਵਿੱਚ ਇਸ ਸਮੇਂ ਰੋੜਾ ਬਣ ਕੇ ਖੜਾ ਹੋਇਆ ਡੋਨਲਡ ਟਰੰਪ। ਹਾਂਜੀ, ਕਿਉਂਕਿ ਡੋਨਲਡ ਟਰੰਪ ਇਹ ਸੈਲਫ ਮੇਡ ਮਿਲੀਨੇਅਰ ਆ, ਆਪਣੇ ਆਪ ਪੈਸੇ ਬਣਾਏ ਹੋਏ ਆ ਉਹਨੇ, ਪਲੱਸ ਉਸਦਾ ਬੇਸ ਬਹੁਤ ਸਟਰੋਂਗ ਹੈ ਅਤੇ ਪ੍ਰੋ ਅਮੈਰੀਕਨ ਪਾਲਿਸੀਆਂ ਦੇ ਉੱਤੇ ਉਹ ਫੋਕਸ ਕਰ ਰਿਹਾ। ਅਤੇ ਨਿਊ ਵਰਲਡ ਆਰਡਰ ਕੀ ਚਾਹੁੰਦਾ ਆ? ਨਿਊ ਵਰਲਡ ਆਰਡਰ ਜੇ ਤੁਸੀਂ ਦੇਖੀਏ ਤਾਂ ਨਿਊ ਵਰਲਡ ਆਰਡਰ ਇਸ ਸਮੇਂ ਜਿਹੜਾ ਚੱਲ ਰਿਹਾ ਆਰਡਰ ਉਹਨੂੰ ਰਿਪਲੇਸ ਕਰਕੇ ਲਾਗੂ ਹੋਏਗਾ। ਅਤੇ ਇਸ ਸਮੇਂ ਜਿਹੜਾ ਆਰਡਰ ਚੱਲ ਰਿਹਾ ਉਹ ਇਹ ਆ ਕਿ ਅਮੈਰੀਕਾ ਵਰਲਡ ਦੀ ਸੁਪਰ ਪਾਵਰ ਹੈ, ਅਤੇ ਜਿਹੜਾ ਡੋਲਰ ਆ ਉਹ ਡੋਮੀਨੇਟਿੰਗ ਕਰੰਸੀ ਆ ਵਰਲਡ ਦੀ। ਤੁਸੀਂ ਕਹਿਣਾ ਚਾਹੁੰਦੇ ਹੋ ਵੀ ਅਮੈਰੀਕਨ ਆਰਡਰ ਨੂੰ ਰਿਪਲੇਸ ਕਰਨਾ ਹੀ ਨਿਊ ਵਰਲਡ ਆਰਡਰ? ਹਾਂਜੀ, ਇਜ਼ ਇਟ? ਹਾਂਜੀ, ਕਿਉਂਕਿ ਇਹ ਇੱਕ ਤਰੀਕੇ ਦੀ ਲੜਾਈ ਆ ਨੈਸ਼ਨਲਿਸਟ ਵਰਸਿਸ ਗਲੋਬਲਿਸਟ, ਜੋ ਕਿ ਟਰੰਪ ਇੱਕ ਨੈਸ਼ਨਲਿਸਟ ਆ, ਉਹ ਪ੍ਰੋ ਅਮੈਰੀਕਨ ਪਾਲਿਸੀਆਂ ਦੇ ਉੱਤੇ ਫੋਕਸ ਕਰਦਾ, ਜਿਵੇਂ ਕਿ ਉਹਨੇ ਨਾਫਟਾ ਨੂੰ ਖਤਮ ਕੀਤਾ। ਨਾਫਟਾ ਹਾਲਾਂਕਿ ਕੈਨੇਡਾ ਦੇ ਲਈ ਵਧੀਆ ਸੀ, ਪਰ ਉਹਨੇ ਖਤਮ ਕਰਕੇ ਉਹਦੇ ਲਈ ਨੌਰਥ ਅਮੈਰੀਕਨ ਟ੍ਰੀਟੀ ਲਿਆਉਂਦੀ, ਯਾਨੀ ਕਿ ਪ੍ਰੋਡਕਸ਼ਨ ਦੀਆਂ ਜੋਬਾਂ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਅਮੈਰੀਕਾ ਦੇ ਵਿੱਚ ਕਾਫੀ, ਉਹਨੇ ਯਾਨੀ ਕਿ ਪ੍ਰੋ ਅਮੈਰੀਕਨ ਪਾਲਿਸੀਆਂ ਲਿਆਉਣ ਦੀ ਕੋਸ਼ਿਸ਼ ਕੀਤੀ। ਤਾਂ ਇਸ ਕਰਕੇ ਹੁਣ ਡੀਪ ਸਟੇਟ ਆ ਜੋ ਕਿ ਕੰਟਰੋਲ ਕਰਦੀ ਹੈ ਸਾਰਾ ਕੁਛ, ਉਹ ਨਹੀਂ ਚਾਹੁੰਦੀ ਕਿ ਟਰੰਪ ਅਗਲਾ ਪ੍ਰੈਜ਼ੀਡੈਂਟ ਬਣੇ। ਕਿ ਜਦੋਂ ਫਿਰ ਟਰੰਪ ਨੇ ਆਪਣੇ ਪਿਛਲੇ ਕਾਰਜਕਾਲ ਦੇ ਵਿੱਚ ਕੁਛ ਅਜਿਹੇ ਕੰਮ ਕੀਤੇ ਜਿਹੜੇ ਨਹੀਂ? ਹਾਂਜੀ, ਟਰੰਪ ਨੇ ਪਹਿਲਾਂ ਤਾਂ ਪੈਰਿਸ ਅਕੋਰਡ ਜਿਹੜਾ ਵਾ ਉਹਦੇ 'ਚੋਂ ਬਾਹਰ ਆਇਆ, ਉਹਦੇ ਵਿੱਚ ਗ੍ਰੀਨ ਨਿਊ ਡੀਲ ਸੀਗੀ, ਫਿਰ ਉਹਨੇ ਡਰਿਲਿੰਗ ਕੀਤੀ। ਇਸ ਸਮੇਂ ਡਰਿਲਿੰਗ ਕਾਫੀ ਘੱਟ ਹੋ ਰਹੀ ਹੈ ਕਿਉਂਕਿ ਬਾਈਡਨ ਸਾਹਿਬ ਨੇ ਇਨਫਲੇਸ਼ਨ ਰਿਡਕਸ਼ਨ ਐਕਟ, ਟੈਕਨੀਕਲੀ ਇਹਦੇ ਵਿੱਚ ਸਬਸਿਡੀਆਂ ਅਤੇ ਗ੍ਰੀਨ ਪਾਲਿਸੀਆਂ ਨੂੰ ਦਿੱਤੀਆਂ ਗਈਆਂ ਨੇ, ਸਿਰਫ ਨਾ ਹੀ ਇਨਫਲੇਸ਼ਨ ਰਿਡਕਸ਼ਨ ਐਕਟ ਆ। ਪਰ ਜੋ ਟਰੰਪ ਆ ਤੋਂ ਗ੍ਰੀਨ ਪਾਲਿਸੀਆਂ ਉੱਥੋਂ ਖਤਮ ਕੀਤੀਆਂ ਉਹਨੇ, ਪੈਰਿਸ ਅਕੋਰਡ ਇਹ ਖਤਮ ਕੀਤਾ, ਉਹਨੇ ਬਾਹਰ ਆਇਆ, ਪਰ ਹਾਲਾਂਕਿ ਬਾਈਡਨ ਸਾਹਿਬ ਨੇ ਪਹਿਲੇ ਦਿਨ ਆਉਂਦਿਆਂ ਹੀ ਉਹਦੇ ਵਿੱਚ ਦੁਬਾਰਾ ਸ਼ਾਮਿਲ ਹੋਣ ਦਾ ਫੈਸਲਾ ਲੈ ਲਿਆ। ਪਰ ਇਹ ਕੀ ਇੱਦਾਂ ਲੱਗ ਰਿਹਾ ਸੀ ਪ੍ਰੋ ਟਰੰਪ ਟਾਕ ਕਰ ਰਹੇ ਹਾਂ ਕਿ ਜਾਂ ਵਾਕਿਆ 'ਚ ਹੀ ਇਹ ਫਰਕ ਪੈ ਗਿਆ? ਪ੍ਰੋ ਟਰੰਪ ਟਾਕ ਨਹੀਂ ਹੈ, ਤੁਸੀਂ ਇਹ ਨੋਰਮਲ ਨਹੀਂ ਹੈ ਕਿ 90 ਤੋਂ ਵੱਧ ਪਰਚੇ ਇੱਕ ਐਕਸ ਪ੍ਰੈਜ਼ੀਡੈਂਟ ਦੇ ਉੱਤੇ ਹੋਣ, ਜਾਂ ਕਿ ਜੋ ਕਿ 2016 ਤੋਂ ਲੈ ਕੇ 20 ਤੱਕ ਸਰਵ ਕਰ ਚੁੱਕਿਆ, ਫਿਰ ਉਹਦੇ ਉੱਤੇ 2 ਹਮਲੇ ਬੈਕ ਟੂ ਬੈਕ ਹੋਣੇ। ਹਾਲਾਂਕਿ ਅਮੈਰੀਕਨ ਪੋਲੀਟਿਕਸ ਦੇ ਲਈ ਕਾਫੀ ਡੇਂਜਰਸ ਟਾਈਮ ਹੋਏਗਾ ਇਲੈਕਸ਼ਨ ਤੋਂ ਬਾਅਦ ਦਾ, ਨਵੰਬਰ ਤੋਂ ਬਾਅਦ ਜਨਵਰੀ ਤੱਕ ਦਾ, ਜਿੰਨੀ ਦੇਰ ਤੱਕ ਜੇ ਟਰੰਪ ਜਿੱਤ ਜਾਂਦਾ ਤਾਂ ਪਾਵਰ ਟ੍ਰਾਂਜੈਕਸ਼ਨ ਨਹੀਂ ਹੁੰਦੀ, ਅਤੇ ਜੇ ਟਰੰਪ ਹਾਰ ਜਾਂਦਾ ਤਾਂ ਸਿਵਲ ਵਾਰ ਦੇ ਵੀ ਖਤਰੇ ਹੋ ਸਕਦੇ ਨੇ। ਅੱਛਾ, ਇੱਥੋਂ ਤੱਕ ਗੱਲ ਜਾ ਸਕਦੀ? ਹਾਂਜੀ, ਕਿਉਂਕਿ ਅਮੈਰੀਕਾ ਕਾਫੀ ਡਿਵਾਈਡਿਡ ਆ ਇਸ ਸਮੇਂ, ਰੈੱਡ ਅਤੇ ਬਲੂ ਦੇ ਵਿੱਚ, ਕੋਈ ਵੀ ਉਹਨਾਂ ਦੇ ਵਿੱਚ ਪ੍ਰੋਪਰ ਕਮਿਊਨੀਕੇਸ਼ਨ ਨਹੀਂ ਹੋ ਰਿਹਾ ਦੋਵਾਂ ਪਾਰਟੀਆਂ ਦੇ ਵਿੱਚ। ਤੁਸੀਂ ਦੇਖ ਹੀ ਸਕਦੇ ਹੋ ਵੀ ਜੇ ਮੈਗਾ ਵਾ ਉਹ ਫੁੱਲੀ ਸਪੋਰਟਿਡ ਆ ਟਰੰਪ ਦੇ ਲਈ, ਅਤੇ ਟਰੰਪ ਨੇ ਅਗਲੀ ਡਿਬੇਟ ਕਰਨ ਤੋਂ ਵੀ ਮਨਾ ਕਰ ਦਿੱਤਾ ਕਿਉਂਕਿ ਉਹਨੂੰ ਲੱਗ ਰਿਹਾ ਸੀ ਜਿਹੜੀ ਉਹਦੇ ਨਾਲ ਡਿਬੇਟ ਕੀਤੀ ਗਈ ਉਹ ਬਾਇਸ ਸੀ।
ਅੱਛਾ ਤਾਂ ਕਰਕੇ ਮਨਾ ਕੀਤਾ। ਹਾਂਜੀ, ਕਿਉਂਕਿ ਜਿਹੜੀ ਏ ਬੀ ਸੀ ਦੀ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਵੀ ਏ ਬੀ ਸੀ ਦੇ ਜੋ ਹੋ ਸਨ ਉਹਨਾਂ ਦੀ ਕੋਈ ਭੂਮਿਕਾ ਕੋਈ ਚੰਗੀ ਨਹੀਂ ਸੀ ਇਸ ਹੋ ਉਹਦੇ ਵਿੱਚ ਪੂਰੀ ਡਿਬੇਟ ਦੇ ਵਿੱਚ। ਅੱਛਾ, ਹਾਂਜੀ, ਜਿਹੜਾ ਉਹਨਾਂ ਨੇ ਵਿੱਚ ਮੀਡੀਅਨ ਰੋਲ ਪਲੇ ਕੀਤਾ ਉਹ ਠੀਕ ਨਹੀਂ ਲੱਗਾ। ਹਾਂਜੀ। ਅੱਛਾ, ਇੱਥੋਂ ਫਿਰ ਕੀ ਅੰਦਾਜ਼ਾ ਲਾਇਆ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਡੀਪ ਸਟੇਟ 'ਤੇ ਜਾਂ ਨਿਊ ਵਰਲਡ ਆਰਡਰ ਦੇ ਵਿੱਚ ਡੋਨਲਡ ਟਰੰਪ ਖੜਾ ਹੈ, ਹਾਂਜੀ, ਤੇ ਫਿਰ ਤੇ ਉਹਨੂੰ ਨਾ ਜਿਤਾਉਣ ਦੀ ਹਰ ਹੋਰ ਕੋਸ਼ਿਸ਼ਾਂ ਵੀ ਕੀਤੀਆਂ ਜਾਣਗੀਆਂ, ਇਹ ਤਾਂ ਫਿਰ ਆਖਰੀ ਹਮਲਾ ਨਹੀਂ ਮੰਨਿਆ ਜਾ ਸਕਦਾ। ਆਖਰੀ ਹਮਲਾ ਨਹੀਂ ਕਿਹਾ ਜਾ ਸਕਦਾ, ਪਰ ਇਹ ਕਿਹਾ ਜਾ ਸਕਦਾ ਵੀ ਸ਼ੂਟਰਾਂ ਦੀ ਵਰਤੋਂ ਨਾ ਹੋਵੇ, ਕੁਛ ਐਕਸਪਲੋਸਿਵ ਜਾਂ ਕੁਛ ਵੀ ਹੋ ਸਕਦਾ। ਕਾਫੀ ਟੈਕਨੋਲੋਜੀ ਅਵੇਲੇਬਲ ਆ ਤਰ੍ਹਾਂ ਤਰ੍ਹਾਂ ਦੇ। ਤੁਸੀਂ ਜੇ ਤੁਸੀਂ ਹਿਸਟਰੀ ਦੇ ਵਿੱਚ ਦੇਖੋ ਤਾਂ ਯਾਸਿਰ ਅਰਾਫਾਤ ਵਰਗਿਆਂ ਨੂੰ ਮਤਲਬ ਕੋਲਗੜ ਦੇ ਵਿੱਚ ਵੀ ਮਤਲਬ ਜ਼ਹਿਰ ਦੇ ਕੇ ਮਾਰਿਆ ਗਿਆ ਵਗੈਰਾ ਵਗੈਰਾ, ਅਤੇ ਕਾਫੀ ਟੈਕਨੋਲੋਜੀ ਅਵੇਲੇਬਲ ਆ। ਪਰ ਹੁਣ ਮੋਸਟ ਲਾਈਕਲੀ ਅਟੈਕਰਸ ਦਾ ਨਹੀਂ ਯੂਜ਼ ਹੋਏਗਾ, ਇਹਦੀ ਥਾਂ ਦੇ ਉੱਤੇ ਕੁਛ ਹੋਰ ਵੀ ਯੂਜ਼ ਹੋ ਸਕਦਾ। ਇੱਦਾਂ ਨਹੀਂ ਹੋ ਸਕਦਾ ਕਿ ਸਿੰਪਥੀ ਲੈਣ ਵਾਸਤੇ ਡੋਨਲਡ ਟਰੰਪ 'ਤੇ ਸਾਰਾ ਕੁਛ ਹੋ ਰਿਹਾ? ਦੇਖੋ, ਸਿੰਪਥੀ ਲੈਣ ਦੇ ਲਈ ਤੁਸੀਂ ਆਪਣੇ ਸਿਰ ਦੇ ਉੱਤੇ ਹੈੱਡਸ਼ੋਟ ਦੇ ਉੱਤੇ ਅਟੈਕ ਨਹੀਂ ਕਰਵਾਉਂਦੇ। ਸਿੰਪਥੀ ਦੇ ਲਈ ਤੁਸੀਂ ਦੋ ਤਿੰਨ ਜੈਕਟਾਂ ਪਾਓਗੇ ਥੱਲਿਓ, ਤੁਹਾਡੇ ਗੋਲੀ ਲੱਗੇਗੀ, ਹਾਂ ਮੇਰੇ 'ਤੇ ਹਮਲਾ ਹੋਇਆ, ਪਰ ਜੇ ਬਚੋਗੇ। ਹਾਂਜੀ, ਹੁਣ ਜੇ ਟਰੰਪ ਲਾਸਟ ਮਿੰਟ ਦੇ ਆਪਣੀ ਧੌਣ ਨਾ ਪਿੱਛੇ ਨੂੰ ਕਰਦਾ ਤਾਂ ਪਿੜੀ ਮੱਚੋ ਹੈੱਡਸ਼ੋਟ ਸੀਗਾ, ਟੈਕਨੀਕਲੀ ਤੁਹਾਨੂੰ ਬੁਲਟ ਟੱਚ ਹੋਈ ਹੈ ਨਾ ਕੰਧ ਜਿਹੜੀ ਗੁੜੀ ਕੰਧ। ਹਾਂਜੀ, ਹੁਣ ਜੇ 1 ਇੰਚ ਵੀ ਇੱਧਰ ਹੋ ਗਈ ਤੇ ਟਰੰਪ ਖਤਮ। ਪਰ ਇਹ ਮਤਲਬ ਸਿੰਪਥੀ ਲੈਣ ਦੇ ਲਈ ਅਟੈਕ ਨਹੀਂ ਹੈ, ਕਿਉਂਕਿ ਤੁਸੀਂ ਜੋ ਅਟੈਕਰ ਆ ਰਾਇਨ ਰਾਊਤ, ਤੁਸੀਂ ਦੇਖ ਸਕਦੇ ਹੋ ਵੀ ਉਸਨੇ ਕਿਤਾਬ ਲਿਖੀ ਆ ਯੂਕਰੇਨ ਦੇ ਉੱਤੇ, ਯੂਕਰੇਨ ਅਨਵਿਲੇਬਲ ਵਿਨੇਬਲ ਵਾਰ ਕਿਤਾਬ ਲਿਖੀ ਆ। ਪਲੱਸ ਜੇ ਤੁਸੀਂ ਜੰਗ ਨੂੰ ਸਮਝਦੇ ਹੋ ਯੂਕਰੇਨ ਦੀ ਤਾਂ ਰਸ਼ੀਆ ਦੀ, ਅਤੇ ਜਿਹੜੀ ਉਹ ਲੜਾਈ ਆ ਉਹ CIA ਲੜ ਰਹੀ ਹੈ। ਅੱਛਾ, ਹਾਂਜੀ, ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਸ ਬੰਦੇ ਦੇ ਕੋਲ ਹਥਿਆਰ ਕਿੱਦਾਂ ਆ ਗਿਆ ਫਲੋਰੀਡਾ ਵਿੱਚ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਅੱਛਾ, ਜੇ ਨਿਊ ਵਰਲਡ ਆਰਡਰ ਨੂੰ ਸਮਝਣਾ ਹੋਏ ਹੋਰ ਬਰੀਕੀ ਦੇ ਨਾਲ, ਤਾਂ ਕਿੱਦਾਂ ਆਮ ਬੰਦਾ ਸਮਝ ਸਕਦਾ, ਆਮ ਬੰਦੇ ਦੇ ਕੀ ਪ੍ਰਭਾਵ ਪਾਉਂਦਾ? ਦੇਖੋ, ਜੇ ਇਹਨੂੰ ਸਿੰਪਲ ਭਾਸ਼ਾ ਦੇ ਵਿੱਚ ਸਮਝਾਉਣਾ ਹੋਵੇ ਤਾਂ ਨਿਊ ਵਰਲਡ ਆਰਡਰ ਹੈ ਵਰਲਡ ਕਮਿਊਨਿਸਟ ਮੂਵਮੈਂਟ। ਅੱਛਾ, ਹਾਂਜੀ, ਇਹਦੇ ਵਿੱਚ ਇਹ ਆ ਕਿ ਤੁਸੀਂ ਕੁਛ ਨਹੀਂ ਬਾਏ ਕਰੋਗੇ, ਕੁਛ ਨਹੀਂ ਸੈੱਲ ਕਰੋਗੇ, ਯੂ ਵਿਲ ਓਨ ਨਥਿੰਗ, ਬੀ ਹੈਪੀ, ਬਿਲਡ ਬੈਕ ਬੈਟਰ, ਇੱਦਾਂ ਦੇ ਤੁਹਾਨੂੰ ਸਲੋਗਨ ਸੁਣਨ ਨੂੰ ਮਿਲਣਗੇ। ਬਿਲਡ ਬੈਕ ਬੈਟਰ ਕੀ ਆ? ਮਤਲਬ ਕਾਰਪੋਰੇਟਸ ਤੋਂ ਪਾਵਰਾਂ ਹਟਣਗੀਆਂ ਫਿਰ? ਨਹੀਂ, ਇਹ ਟੈਕਨੀਕਲੀ ਇਹ ਇਸ ਸਮੇਂ ਲੜਾਈ ਆ ਗਲੋਬਲਿਜ਼ਮ ਵਰਸਿਸ ਨੈਸ਼ਨਲਿਜ਼ਮ, ਜੋ ਕਿ ਇੰਟਰਨੈਸ਼ਨਲ ਕੰਪਨੀਆਂ ਇਹ ਵਰਲਡ ਦੇ ਉੱਤੇ ਗਲੋਬਲ ਮਾਰਕੀਟ ਬਣਾਉਣਾ ਚਾਹੁੰਦੀਆਂ ਨੇ। ਅੱਛਾ, ਹਾਂਜੀ, ਅਤੇ ਇਹ ਇਸ ਦੇ ਵਿੱਚ ਤੁਸੀਂ ਇਹ ਦੇਖੋ ਵੀ ਅਮੈਰੀਕਾ ਕਾਫੀ ਜ਼ਿਆਦਾ ਨੁਕਸਾਨ 'ਚ ਸਹਿ ਚੁੱਕਿਆ, ਜਿੱਦਾਂ 1998 ਦੇ ਵਿੱਚ ਪ੍ਰੋਡਕਸ਼ਨ ਜਦੋਂ WTO ਦੇ ਵਿੱਚ ਐਂਟਰ ਕਰਾਇਆ ਗਿਆ ਚਾਈਨਾ ਨੂੰ, ਅਤੇ ਕਾਫੀ ਪ੍ਰੋਡਕਸ਼ਨ ਜੋਬਾਂ ਜਿਹੜੀਆਂ ਅਮੈਰੀਕਾ ਤੋਂ ਚਾਈਨਾ ਚਲੀਆਂ ਗਈਆਂ ਸਰ। ਪਰ ਇਹਦੇ ਵਿੱਚ ਬੜੀਆਂ ਕੰਪਨੀਜ਼ ਅਮੈਰੀਕਾ ਦੀਆਂ ਵੀ ਹੋਣਗੀਆਂ? ਹਾਂਜੀ, ਪਰ ਪ੍ਰੋਡਕਸ਼ਨ ਦੇ ਨਾਲ ਜਿਹੜੀ ਜੋਬ ਆ ਉਹ ਜੋਬ ਤਾਂ ਅਮੈਰੀਕਨਸ ਨੂੰ ਮਿਲ ਰਹੀ ਸੀ, ਅਤੇ ਜੇ ਤੁਸੀਂ ਦੇਖੋ ਵੀ ਜੇ ਜਨਰਲ ਮੋਟਰ ਦੀ ਜੋਬ ਸੀ ਉਹ $35 ਘੰਟੇ ਦੇ ਹਿਸਾਬ ਦੇ ਨਾਲ ਸੀ, ਅਤੇ ਬਾਅਦ ਦੇ ਵਿੱਚ ਜੇ ਤੁਸੀਂ ਹੁਣ ਐਮਾਜ਼ੋਨ 'ਤੇ ਕਰ ਰਹੇ ਹੋ ਤਾਂ ਐਮਾਜ਼ੋਨ ਦੇ 'ਤੇ ਤੁਹਾਨੂੰ ਮਿਨੀਮਮ ਪੇ $10 ਜਾਂ $15 ਵੱਧ ਤੋਂ ਵੱਧ ਮਿਲੇਗੀ। ਅੱਛਾ, ਸੋ ਇਹ ਸਾਰਾ ਕੁਛ ਨਿਊ ਵਰਲਡ ਆਰਡਰ ਤੁਹਾਨੂੰ ਉੱਧਰ ਨੂੰ ਲੈ ਕੇ ਜਾ? ਹਾਂਜੀ, ਕਿਉਂਕਿ ਜਦੋਂ ਜੋਬਾਂ ਨਹੀਂ ਰਹਿਣਗੀਆਂ ਪ੍ਰੋਡਕਸ਼ਨ ਦੀਆਂ, ਅਤੇ ਫਿਰ ਜਾਂ ਤਾਂ ਤੁਸੀਂ ਮਿਲਟਰੀ ਦੇ ਵਿੱਚ ਭਰਤੀ ਹੋਊਗੇ ਅਤੇ ਜਾਂ ਤੁਸੀਂ ਕੁਛ ਹੋਰ ਮਤਲਬ ਜੋਬ ਲੱਭੋਗੇ। ਜ ਪਰ ਇਸ ਟਾਈਮ ਆਪਣੀ ਇਕੋਨਮੀ ਚੇਂਜ ਹੋ ਰਹੀ ਹੈ ਬਿਲਕੁਲ, ਅਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਜ਼ਿਆਦਾਤਰ ਕਿ ਡਾਟਾ ਵਾਲੀਆਂ ਜੋਬਾਂ ਹੀ ਕ੍ਰੀਏਟ ਕੀਤੀਆਂ ਗਈਆਂ .com ਬਸ ਤੋਂ ਬਾਅਦ, ਅਤੇ ਉਹ ਵੀ ਜੋਬਾਂ ਹੁਣ ਜਾਣ ਦੀ ਤਿਆਰੀ ਦੇ ਵਿੱਚ ਹੀ ਆ, ਕਿਉਂਕਿ ਆਰਟੀਫਿਸ਼ਲ ਇੰਟੈਲੀਜੈਂਸ ਆਪਣੇ ਬਿਲਕੁਲ ਸਾਹਮਣੇ ਖੜੀ ਹੋਈ ਹੈ ਐਜ਼ ਏ ਰੈਵੋਲਿਊਸ਼ਨ। ਓਕੇ, ਇਹ ਫਿਊਚਰ ਕੀ ਲੱਗਦਾ ਅਖੀਰ ਦੇ ਵਿੱਚ ਇਹਦਾ? ਫਿਊਚਰ ਇਸ ਇਲੈਕਸ਼ਨ ਤੋਂ ਬਾਅਦ ਪਤਾ ਲੱਗੇਗਾ ਵੀ ਕਿੱਧਰ ਨੂੰ ਕੜੀਆਂ ਜੁੜਦੀਆਂ ਨੇ। ਹਾਲਾਂਕਿ ਇਲੈਕਸ਼ਨ ਜਿੱਤਣ ਤੋਂ ਬਾਅਦ ਵੀ ਟਾਈਮ ਸਹੀ ਨਹੀਂ ਆਏਗਾ, ਕਿਉਂਕਿ ਇਸ ਸਮੇਂ ਜੋ ਅਮੈਰੀਕਾ ਦੀ ਇਕੋਨਮੀ ਹੈ ਨਾ ਉਹ ਬਹੁਤ ਬੁਰੀ ਹਾਲਤ ਦੇ ਵਿੱਚ ਆ, ਅਤੇ ਵਰਲਡ ਦਾ ਦੁਨੀਆਂ ਦੀ ਹਿਸਟਰੀ ਦਾ ਸਭ ਤੋਂ ਵੱਡਾ ਸਟਾਕ ਮਾਰਕੀਟ ਸਾਡੇ ਸਾਹਮਣੇ ਖੜ੍ਹਾ, ਕ੍ਰੈਸ਼ ਸਟਾਕ ਮਾਰਕੀਟ ਕ੍ਰੈਸ਼ ਸਾਡੇ ਸਾਹਮਣੇ ਖੜ੍ਹਾ,
ਕਿਉਂਕਿ ਜਿਹੜੇ 2008 ਦੇ ਵਿੱਚ ਬੇਲ ਆਊਟ ਕੀਤੇ ਗਏ ਸੀ ਬੈਂਕ ਉਹ ਵੱਡੇ ਹੋ ਚੁੱਕੇ ਨੇ ਹੁਣ ਹੋਰ, ਅਤੇ ਤੁਸੀਂ ਜੇ ਐਰਿਕ ਹੋਲਡਰ ਜੋ ਕਿ ਉਸ ਸਮੇਂ ਦੇ ਡਿਸਟ੍ਰਿਕਟ ਅਟਾਰਨੀ ਸੀ ਉਹਨਾਂ ਦੀ ਤੁਸੀਂ ਜਾ ਕੇ ਮਤਲਬ ਉਹਨਾਂ ਦੇ ਬਿਆਨ ਪੜ੍ਹੋ ਤਾਂ ਉਹ ਇਹ ਗੱਲ ਕਹਿ ਰਹੇ ਨੇ ਕਿ ਜੇ ਪੀ ਮੋਰਗਨ ਚੇਸ ਜੋ ਕਿ ਇੱਕ ਵਨ ਆਫ ਦਾ ਲੀਡਿੰਗ ਮੋਰਗੇਜ ਸਿਕਿਉਰਟੀ ਫੰਡ ਮੋਰਗੇਜ ਲੋ ਫੰਡ ਦੇ ਵਿੱਚ ਉਹ ਸੀਗਾ ਇਨਵੋਲਵ, ਅਤੇ ਪਹਿਲੇ ਜਿਹੜੀ ਸਾਲ ਦੀ ਰਿਕਵਰੀ ਹੋਈ ਉਹਦੇ ਵਿੱਚੋਂ 93% ਜਿਹੜੀ ਰਿਕਵਰੀ ਆ ਉਹ 1% ਨੂੰ ਗਈ, ਅਤੇ ਉਦੋਂ ਵਿੱਚੋਂ ਵੀ 0.01 ਨੂੰ 37% ਗਈ ਆ। ਅੱਛਾ, ਸੋ ਇਹਨਾਂ ਤਾਂ ਤੱਕ ਹਾਂਜੀ ਪਿਰਾਮਿਡ, ਕਿਉਂਕਿ ਹੁਣ ਜਦੋਂ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਵੀ ਬੈਂਕਾਂ ਦੇ ਜਿਹੜੇ ਯਾਨੀ ਕਿ ਲਾਅ ਆ ਉਹ ਚੇਂਜ ਹੋ ਚੁੱਕੇ ਨੇ, ਹੁਣ ਬੇਲ ਆਊਟ ਨਹੀਂ ਬੇਲ ਇਨ ਹੋਣਗੇ। ਹਾਂਜੀ ਸੰਧੂ ਸਾਹਿਬ, ਤੁਹਾਡਾ ਬਹੁਤ ਧੰਨਵਾਦ ਅੱਜ ਵਾਸਤੇ ਤੁਸੀਂ ਜਾਣਕਾਰੀ ਦਿੱਤੀਆਂ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੇਨੇ ਜੀ, ਤੁਸੀਂ ਦੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।